ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਰਮਨਪ੍ਰੀ ਸਵਾਗਤ ਕਰਦੀ ਹਾਂ ਪੰਜਾਬੀ ਨਵੀਆਂ ਫਿਲਮਾਂ ਨੂੰ ਦੇਖਣ ਦਾ ਜਿੰਨਾ क्रेज ਹੁੰਦਾ ਹੈ ਉਸੇ ਰਿਲੀਜ਼ ਹੋਣ ਤੋਂ ਪਹਿਲਾਂ ਸਾਰਿਆਂ ਦੇ ਮਨ ਵਿੱਚ ਉਤਸੁਕਤਾ ਹੁੰਦੀ ਹੈ ਇਸ ਫਿਲਮ ਦੇ ਬਾਰੇ ਜਾਣਨ ਲਈ ਤੇ ਉਸ ਫਿਲਮ ਦੀ ਜਿਹੜੀ ਸਟਾਰ ਕਾਸਟ ਹੁੰਦੀ ਹੈ ਜਿਹੜੇ ਸਿਤਾਰੇ ਹੁੰਦੇ ਨੇ ਉਹਨਾਂ ਦੇ ਨਾਲ ਕੁਝ ਵਿਚਾਰ ਸਾਂਝੇ ਕਰਨ ਲਈ ਤੇ ਸਾਡਾ ਪ੍ਰੋਗਰਾਮ ਵੀ ਸਾਡੇ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰਿਆਂ ਨਾਲ ਤੇ ਉਹਨਾਂ ਦੀ ਨਵੀਂ ਆ ਰਹੀ ਮੂਵੀ ਦੇ ਬਾਰੇ ਕੁਝ ਵਿਚਾਰ ਸਾਂਝੇ ਕਰਵਾਉਂਦਾ ਹੈ ਸਾਰੇ ਸਟੂਡੀਓ ਵਿੱਚ ਅੱਜ ਹਾਜ਼ਰ ਨੇ ਪੰਜਾਬੀ ਨਵੀਂ ਆ ਰਹੀ ਮੂਵੀ ਆਗੇ ਮੁੰਡੇ ਯੂਕੇ ਦੇ ਉਸ ਦੇ ਸਟਾਰ ਸਾਡੇ ਕੋਲ ਹਾਜ਼ਰ ਨੇ ਨੀਰੂ ਬਾਜਵਾ ਜੀ ਅਤੇ ਜਿਮੀ ਸ਼ੇਰਗਿਲ ਜੀ ਜਿਮੀ ਸ਼ੇਰਗਿਲ ਸਤਿਕਾਰ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਸਤਿਕਾਰ ਕੀ ਹਾਲ ਚੱਲ ਜੀ ਵਧੀਆ ਜਿਮੀ ਜੀ ਭਾਵੇਂ ਜ਼ਿੰਦਗੀ ਚ ਜੁਨੀਆ ਮਰਜ਼ੀ ਫਿਲਮਾਂ ਇੱਕ ਆਰਟਿਸਟ ਕਰ ਲਈ ਪਰ ਜਦੋਂ ਵੀ ਫਿਲਮ ਰਿਲੀਜ਼ ਹੋਣੀ ਹੁੰਦੀ ਹੈ ਤੇ ਉਸ ਵੇਲੇ ਮਨ ਦਾ ਹਾਲ ਕੀ ਹੁੰਦਾ ਮਨ ਦਾ ਹਾਲ ਤਾਂ ਬੁਰਾ ਹੀ ਹੁੰਦਾ ਜੀ ਬਟ ਆਹ ਤਿੰਨੇ ਕਿਤੇ ਇਹ ਹੁੰਦਾ ਕਿ ਜਦੋਂ ਕੋਈ ਵਧੀਆ ਫਿਲਮ ਬਣੀ ਹੁੰਦੀ ਹੈ ਫਿਰ ਇਹ ਹੁੰਦਾ ਕਿ ਤੁਹਾਨੂੰ ਚਾਹ ਹੁੰਦਾ ਹੈ ਕਿ ਲੋਕੀ ਜਾਣ ਤੇ ਫਿਲਮ ਨੂੰ ਵੇਖਣ ਤੇ ਲਾਈਕ ਕਰਨ ਦਾ ਰਿਸਪਾਂਸ ਵਧੀਆ ਹੋਵੇ ਇਸ ਕਰਕੇ ਤੁਸੀਂ ਕਿਤੇ ਨਾ ਕਿਤੇ ਇੱਕ ਤਰੀਕੇ ਦੀ ਨਰਵਸਨੈਸ ਜਿਹੜੀ ਹੈਗੀ ਉਹ ਤੁਹਾਨੂੰ ਹੁੰਦੀ ਹੈ ਓਕੇ ਤੇ ਨਿਰੂ ਜੀ ਇਹ ਜਿਹੜੀ ਫਿਲਮ ਹੈ ਆਗੇ ਮੁੰਡੇ ਯੂਕੇ ਦੇ ਇਹਦੀ ਕੀ ਸਪੈਸ਼ialਟੀ ਹੈ ਕੀ ਇਹ ਚ ਖਾਸ ਹੈ ਔਰ ਕੀ ਸਟੋਰੀ ਇਸ ਦੀ ਅਮ ਆਰਗੂਮੈਂਟ ਯੂਕੇ ਦੇ ਵਿੱਚ ਕੀ ਖਾਸ ਹੈ ਆਈ ਥਿੰਕ ਇੱਕ ਦਾ ਮਨਮੋਨ ਸਿੰਘ ਜੀ ਦੀ ਫਿਲਮ ਹੈ ਉਹਨਾਂ ਨੇ ਅਮ ਆਈ ਥਿੰਕ ਦੋ ਸਾਲ ਬਾਅਦ ਉਹਨੇ ਦੀਖ ਫਿਲਮ ਆ ਰਹੀ ਹੈ ਅ ਮੁੰਡੇ ਯੂਕੇ ਦੇ ਜੋ ਕਿ ਸਾਰੇ ਪੰਜਾਬੀਆਂ ਲਈ ਬਹੁਤ ਹੀ ਇੱਕ ਸਪੈਸ਼ਲ ਫਿਲਮ ਰਹੀ ਹੈ ਉਹਦਾ ਸੀਕਲ ਬਣ ਰਿਹਾ ਹੈ ਐਂਡ ਅਮ ਆਈ ਥਿੰਕ ਆਫਟਰ ਅ ਲੌਂਗ ਟਾਈਮ ਜਿਮੀ ਜੀ ਤੇ ਮੈਂ ਫਿਲਮ ਚਾ ਰਿਹਾ ਸੋ ਆਈ ਥਿੰਕ ਦੈਟਸ ਅ ਸਪੈਸ਼ਲ ਥਿੰਗ ਐਂਡ ਅਮ ਆਈ ਥਿੰਕ ਆ ਡੋਨੋ ਮੇਰਾ ਅਜ ਤੱਕ ਦਾ ਬੈਸਟ ਐਕਸਪੀਰੀਅੰਸ ਰਹਾ ਹੈ ਇਸ ਫਿਲਮ ਨੂੰ ਇਸ ਫਿਲਮ ਹਾਂਜੀ ਤੇ ਜਿਵੇਂ ਤੁਸੀਂ ਕੀ ਕਹਿੰਦੇ ਹੋ ਤੁਹਾਡਾ ਕੀ ਐਕਸਪੀਰੀਅੰਸ ਹੈ ਇਸ ਫਿਲਮ ਬਾਰੇ ਬਹੁਤ ਵਧੀਆ ਜੀ ਕਿਉਂਕਿ ਮੈਂ ਤਾਂ ਹਮੇਸ਼ਾ ਚੰਗਾ ਲੱਗਦਾ ਜੀ ਮਨਜੀ ਦੇ ਨਾਲ ਕੰਮ ਕਰਨ ਦਾ ਇੱਕ ਡਿਫਰੈਂਟ ਐਕਸਪੀਰੀਅੰਸ ਹੁੰਦਾ ਹੈ ਹਰ ਬੰਦੇ ਲਈ ਰਿਲੈਕਸ ਹੁੰਨੇ ਹੋ ਤੁਸੀਂ ਕਿਉਂਕਿ ਸਾਰੇ ਸਾਰੀ ਟੈਨਸ਼ਨ ਜਿਹੜੀ ਹੈਗੀ ਇਹ ਸਾਰਾ ਕੁਝ ਤੁਹਾਨੂੰ ਇੰਨਾ ਪਤਾ ਹੁੰਦਾ ਹੈ ਕਿ ਜੀ ਮਨਜੀ ਨੇ ਸਾਰਾ ਕੁਝ ਆਪੇ ਕਰ ਲੈਣਾ ਤਰੀਕੇ ਨਾਲ ਉਹਨਾਂ ਦੇ ਦਿਮਾਗ 'ਚ ਸਾਰਾ ਕੁਝ ਹੁੰਦਾ ਹੈ ਕਿ ਆਹ ਸੀਨ ਕਿਵੇਂ ਹੋਊਗਾ ਆਹ ਜ਼ਰਾ ਕੁਝ ਕਿਵੇਂ ਹੋਊਗਾ ਸੋ ਤੁਸੀਂ ਐਜ਼ ਐਨ ਐਕਟਰ ਬਹੁਤ ਰਿਲੈਕਸ ਫੀਲ ਕਰਦੇ ਹੋ ਜੀ ਸੋ ਜਦੋਂ ਤੁਸੀਂ ਰਿਲੈਕਸ ਫੀਲ ਕਰਦੇ ਹੋ ਉਨਾਂ ਹੀ ਤੁਸੀਂ ਇੰਜੋਏ ਕਰਦੇ ਹੋ। ਕਿ ਮੈਂ ਵੀ ਹਮੇਸ਼ਾ ਪਹਿਲਾਂ ਕਹਿੰਦਾ ਹੁੰਦਾ ਸੀਗਾ ਕਿ ਯਾਰਾਂ ਨਾਲ ਬਾਹਰਾਂ ਮੈਂ ਮੈਕਸਿਮਮ ਇੰਜੋਏ ਮੇਰੀ ਪਹਿਲੀ ਪੰਜਾਬੀ ਫਿਲਮ ਸੀਗੀ ਮੈਂ ਸਭ ਤੋਂ ਜ਼ਿਆਦਾ ਉਸ ਫਿਲਮ ਦੀ ਸ਼ੂਟਿੰਗ ਨੂੰ ਇੰਜੋਏ ਕੀਤਾ ਪਰ ਨਹੀਂ ਹੁਣ ਐਥ ਕੀ ਮੈਂ ਕਹਿ ਸਕਦਾ ਕਿ ਇੰਨੇ ਸਾਲਾਂ ਬਾਅਦ ਮੈਂ ਕਿਸੇ ਫਿਲਮ ਦੀ ਸ਼ੂਟਿੰਗ ਨੂੰ ਇੰਜੋਏ ਕੀਤਾ ਹੈ ਵਿਚ ਇਸ ਮਤਲਬ ਤੁਸੀਂ ਜੀ ਅਸੀਂ ਪੰਜਾਬ ਇੰਡਸਟਰੀ ਦੀ ਗੱਲ ਕਰੀ ਫਿਲਮ ਇੰਡਸਟਰੀ ਦੀ ਤੇ ਪੰਜਾਬੀ ਫਿਲਮ ਇੰਡਸਟਰੀ ਨਾਲੋਂ ਅ ਮੂਵੀ ਜਿਹੜੀ ਹਿੰਦੀ ਮੂਵੀ ਇੰਡਸਟਰੀ ਆ ਉਸ ਤੁਹਾਨੂੰ ਕਾਫੀ ਐਕਸਪੋਜ਼ਰ ਹੈਗਾ ਆ ਤੇ ਤੁਹਾਨੂੰ ਕੋਈ ਲੱਗਦਾ ਫਰਕ ਦੋਹਾਂ ਇੰਡਸਟਰੀ ਦੇ ਨਹੀਂ ਜੀ ਟੀਮ ਜਿਹੜੀ ਜਿਹੜੀ ਟੀਮ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰਦੇ ਹੁਣ ਭਾਵੇਂ ਮਨਮੋਹਨ ਸਿੰਘ ਜੀ ਦੀ ਟੀਮ ਹੋਵੇ ਬਾਕੀ ਜਿੰਨੇ ਯੰਗਸਟਰ ਹੈਗੇ ਨੇ ਨਮਨੀ ਤੇ ਬਾਕੀ ਸਾਰੇ ਇਹਨਾਂ ਦੀ ਜਿੰਨੀ ਜਿੰਨੇ ਬਾਕੀ ਟੈਕਨੀਸ਼ੀਅਨਸ ਹੁੰਦੇ ਨੇ ਮੋਸਟਲੀ ਉਹ ਸਾਰੇ ਪੰਜਾਬੀ ਨੇ ਜਿਹੜੇ ਕਿ ਜਾ ਕੇ ਜਿਨ੍ਹਾਂ ਨੇ ਬਾਲੀਵੁੱਡ ਚ ਜਾ ਕੇ ਆਪਣਾ ਨਾਂ ਕਮਾਇਆ ਹਮ ਰਾਈਟ ਸੋ ਉਸੇ ਟੀਮ ਨਾਲ ਤੁਸੀਂ ਪਹਿਲਾਂ ਹਿੰਦੀ ਫਿਲਮਾਂ ਕਰ ਚੁੱਕੇ ਹੋ ਕਿਤੇ ਨਾ ਕਿਤੇ ਹੁਣ ਤੁਸੀਂ ਉਹਨਾਂ ਨਾਲ ਪੰਜਾਬੀ ਫਿਲਮਾਂ ਕਰ ਰਹੇ ਹੋ ਸੋ ਐਕਸਪੀਰੀਅੰਸ ਦੱਸੋ ਇਹਨਾਂ ਤੇ ਇਸ ਫਿਲਮ ਦੀ ਸਟੋਰੀ ਬਾਰੇ ਕੁਝ ਦੱਸੋ ਕਿੰਦਾਂ ਦੀ ਸਟੋਰੀ ਹੈ ਕੀ ਸਟੋਰੀ ਲਾਈਨ ਹੈ ਦੇ ਵਿੱਚ ਆ ਸਟੋਰੀ ਚ ਇੱਕ ਮੀਨ ਸਸਪੈਂਸ ਵੀ ਰੱਖਿਆ ਸਰਪ੍ਰਾਈਜ਼ ਵੀ ਹੈ ਸੋ ਮੈਂ ਜ਼ਿਆਦਾ ਨਹੀਂ ਦੱਸ ਸਕਦੀ ਬਟ ਆ ਕਿ ਮੇਰੇ ਕੈਰੈਕਟਰ ਦਾ ਨਾਮ ਹੈ ਦਿਸ਼ਾ ਰੂਪ ਤੇ ਮੈਂ ਪੰਜਾਬ ਦੀ ਕੁੜੀ ਹਾਂ ਤੇ ਮੇਰੇ ਫਾਦਰ ਸਾਹਿਬ ਚਾਹੁੰਦੇ ਆ ਕਿ ਮੇਰਾ ਵਿਆਹ ਇੱਕ ਐਨ ਆਰ ਆਈ ਮੁੰਡੇ ਨਾਲ ਹੋਵੇ ਆ ਜਿਮੀ ਜੀ ਦਿਸ਼ਾ ਦੀ ਫੋਟੋ ਦੇਖ ਕੇ ਕਦੋਂ ਇਹ ਆ ਤੋਤੇ ਉੱਡ ਗਏ ਤੇ ਇਹਨਾਂ ਨੂੰ ਪਿਆਰ ਹੋ ਜਾਂਦਾ ਐਂਡ THEN ਅਮ ਤੁਹਾਨੂੰ ਕਿਵੇਂ ਐਨਆਰਆਈ ਦਾ ਜਿਹੜਾ ਹੈਗਾ ਉਹ ਕਿਵੇਂ ਮਤਲਬ ਐਨਆਰਆਈ ਹੋਣ ਦੇ ਬਾਵਜੂਦ ਵੀ ਇਹਨੂੰ ਕਿੰਨੀਆਂ ਪ੍ਰੋਬਲਮਸ ਆਉਂਦੀਆਂ ਨੇ ਦੀ ਫੈਮਿਲੀ ਨੂੰ ਕਨਵਿੰਸ ਕਰਨ ਲਈ ਹੂੰ ਹੂੰ ਕੀ ਹੁੰਦਾ ਸਾਰਾ ਕੁਝ ਹੁੰਦਾ ਉਹ ਫਿਲਮ ਹੈਗੀ ਜੀ ਬਾਕੀ ਬੇਸਿਕਲੀ ਇੱਕ ਬੜੀ ਵਧੀਆ ਇਮੋਸ਼ਨਲ ਲਵ ਸਟੋਰੀ ਇਹ ਫਿਲਮ ਦੇ ਵਿੱਚ ਪਲੱਸ ਇਹਦਾ ਫਲੇਵਰ ਜਿਹੜਾ ਹੈ ਉਹ ਹੀ ਹੈ ਜਿਹੜਾ ਜਿਹੜਾ ਕਿ ਮੁੰਡੇ ਯੂਕੇ ਦੇ ਜਿਹੜਾ ਪਿਲ ਜਿਹੜੀ ਪਹਿਲਾਂ ਆਈ ਸੀਗੀ ਉਹਦਾ ਜਿਹੜਾ ਫਲੇਵਰ ਸੀ ਇੱਕ ਲਾਈਟ ਹਾਰਟਡ ਫਲੇਵਰ ਉਹ ਹੈਗਾ ਮਨਜੀ ਦੀ ਫਿਲਮ ਹੈ ਇਸ ਕਰਕੇ ਕਿਤਨੇ ਕਿਤੇ ਕਿਸੇ ਨਾ ਕਿਸੇ ਇਸ਼ੂ ਨੂੰ ਕਿਸੇ ਮੁੱਦੇ ਨੂੰ ਟੱਚ ਤਾਂ ਜ਼ਰੂਰ ਕਰਨਗੇ ਬਿਲਕੁਲ ਠੀਕ ਹੈ ਨਾ ਜੀ ਪਰ ਬਹੁਤ ਹਲਕੇ ਤਰੀਕੇ ਨਾਲ ਮਾੜਾ ਜਿਹਾ ਹਲਕਾ ਜਿਹਾ ਟੱਚ ਕਰਕੇ ਫਿਰ ਨਿਕਲ ਜਾਣੇ ਕਿਤਨੇ ਕਿਤੇ ਤੁਹਾਨੂੰ ਇਮੋਸ਼ਨਲ ਕਰ ਦਿੰਦੇ ਆ ਤੇ ਉਹ ਮੈਸੇਜ ਵੀ ਉਹਨਾਂ ਦਾ ਤੁਸੀਂ ਸਮਝ ਸਕਦੇ ਹੋ ਪਰ ਓਵਰਆਲ ਫਿਲਮ ਇੱਕ ਐਂਟਰਟੇਨਰ ਹੈ ਇੱਕ ਬਹੁਤ ਵਧੀਆ ਲਵ ਸਟੋਰੀ ਹੈ ਬਹੁਤ ਗਾਣੇ ਤੁਸੀਂ ਸੁਣੇ ਹੋਣਗੇ ਫਿਲਮ ਦੇ ਜਤਿੰਦਰ ਸ਼ਾਹ ਸਾਹਿਬ ਜੀ ਦਾ 뮤직 ਹੈ ਕੁਮਾਰ ਦੇ ਬੋਲ ਨੇ ਫਿਲਮ ਦੇ ਵਿੱਚ ਤੇ ਬਹੁਤ ਗਾਣੇ ਜਿਹੜੇ ਹੈਗੇ ਨੇ ਉਹ ਲੋਕਾਂ ਨੂੰ ਬਹੁਤ ਮੇਰੇ ਆਪ ਦੇ ਕਾਫੀ 2-3 ਗਾਣੇ ਜਿਹੜੇ ਹੈਗੇ ਨੇ ਬਹੁਤ ਫੇਵਰਟ ਨੇ ਇਸ ਫਿਲਮ ਦੇ ਵਿੱਚੋਂ ਤੇ ਪੰਜ ਗਾਣੇ ਨੇ ਫਿਲਮ ਦੇ ਵਿੱਚ ਸੋ ਆਈ ਥਿੰਕ ਨਾ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਜੀ ਕਿ ਜੇ ਕਿਸੇ ਨੇ ਪਹਿਲੀ ਵਾਲੀ ਮੁੰਡੇ ਯੂਕੇ ਦੇ ਨਹੀਂ ਵੀ ਵੇਖੀ ਹੈ ਉਹ ਇਸ ਫਿਲਮ ਨੂੰ ਆਰਾਮ ਨਾਲ ਦੇਖ ਸਕਦਾ ਤੇ ਇੰਜੋਏ ਕਰ ਸਕਦਾ ਹੈ ਕਿਉਂਕਿ ਆ ਸਟੋਰੀ ਜਿਹੜੀ ਹੈਗੀ ਹੈ ਇਸ ਫਿਲਮ ਦੀ ਇੱਕ ਨਵੇਂ ਸਿਰੇ ਤੋਂ ਲਿਖੀ ਗਈ ਹੈ ਓਕੇ ਤੇ ਜੋ ਅਸੀਂ ਯੂਕੇ ਦੀ ਜਾਂ ਕੈਨੇਡਾ ਦੀ ਜਾਂ ਅਬਰਾਡ ਦੀ ਗੱਲ ਕਰਦੇ ਆਂ ਤੇ ਪੰਜਾਬੀ ਮੁੰਡਿਆਂ ਨਾਲ ਜਾਂ ਪੰਜਾਬੀ ਸੱਭਿਆਚਾਰ ਜੁੜੀਆਂ ਕੁਝ ਐਨਆਰਆਈ ਦੀਆਂ ਸਮੱਸਿਆਵਾਂ ਵੀ ਹੁੰਦੀਆਂ ਨੇ ਕੁਝ ਮੁੱਦੇ ਨੇ ਕੁਝ ਕੁਐਸ਼ਚਨਸ ਨੇ ਉਹਨਾਂ ਨੂੰ ਸਿੱਧੇ ਜਾਂ ਸਿੱਧੇ ਤੌਰ ਤੇ ਇਸੇ ਉਠਾਇਆ ਗਿਆ ਨਹੀਂ ਹਲਕਾ ਜਿਹਾ ਟੱਚ ਕਰਕੇ ਨਹੀਂ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਮੰਨ ਜੀ ਜ਼ਰੂਰ ਕਿਸੇ ਨਾ ਕਿਸੇ ਇਸ਼ੂ ਨੂੰ ਮੁੱਦੇ ਨੂੰ ਟੱਚ ਕਰਕੇ ਨਿਕਲਦੇ ਨੇ ਸੀਨੀਅਰ ਬੰਦੇ ਨੇ ਉਹਨਾਂ ਨੂੰ ਸਮਝ ਹੈਗੀ ਇਹ ਹਰ ਚੀਜ਼ ਦੇ ਬਾਰੇ ਕਿਵੇਂ ਸੋ ਉਹਨਾਂ ਨੇ ਕਿਵੇਂ ਇਸ ਐਂਟਰਟੇਨਿੰਗ ਮਾਹੌਲ ਦੇ ਵਿੱਚ ਵੀ ਕਿਵੇਂ ਟੱਚ ਕਰਕੇ ਉਹ ਜਾਂਦੇ ਨੇ ਉਹ ਦੇਖਣ ਦਾ ਤੁਹਾਨੂੰ ਸਾਦੋ ਤੇ ਸ਼ੂਟਿੰਗ ਇਹਦੀ ਕਿਸ ਕਿਸ ਜਗ੍ਹਾ ਤੇ ਹੋਈ ਹੈ ਮਮ ਸ਼ੂਟਿੰਗ ਹੋਈ ਹੈ ਜੀ ਪੰਜਾਬ 'ਚ ਤੇ ਬਾਕੀ ਆਪਣਾ ਕੀ ਕਹਿੰਦੇ ਨੇ ਹਿਮਾਚਲ 'ਚ ਜੀ गाने की थे रेहमत ओके देखो एक खास यादगार पल इस शूटिंग ਦੇ ਦੌਰਾਨ आई थिंक शूटिंग द लास्ट डे ਮਨਾਲੀ ਚ ਆਪਾਂ ਕਰ ਰਹੇ ਸੀ ਰੋਮਾਂਟਿਕ गाना ਤੇ ਮੀ ਪੈਣ ਲੱਗਿਆ ਨੇ ਆਪਾਂ ਸਾਰੇ ਕੋ ਉਹਦੇ ਥੱਲੇ ਵੀ ਵੇਰ ਆਲ ਫਾਈਂਡਿੰਗ ਰੂਮ ਹਨਾ ਐਂਡ ਹੰਦੀ ਸ਼ੈਲਟਰ ਥੱਲੇ ਤੇ ਫਿਰ ਆਮ ਜਦੋਂ ਪੈਕ ਅਪ ਹੋਇਆ ਲਾਸਟ ਸ਼ਾਟ ਮਿਲ ਗਿਆ ਐਂਡ ਸਾਰੇ ਬਹੁਤ ਹੀ ਖੁਸ਼ ਸੀ ਕਿਉਂਕਿ ਸਾਰਾ ਤਾਂ ਐਕਸਪੀਰੀਅੰਸ ਬਹੁਤ ਹੀ ਵਧੀਆ ਰੈਫਰੈਂਸ ਸੋ ਇੱਕ ਗਰੁੱਪ ਫੋਟੋ ਲਏ ਐਂਡ ਵੀ ਆਲ ਮੈਟ ਫॉर ਡਿਨਰ ਦੈਟ ਨਾਈਟ ਐਂਡ ਮੰਜੀ ਤੋਂ ਲੈ ਕੇ ਸਪੋਟ ਬੋਇਜ ਲਾਈਟਮੈਨ ਅਸਿਸਟੈਂਟ ਡਾਇਰੈਕਟਰ ਆਈ ਮੀਨ ਸਾਰੇ ਬਹੁਤ ਹੀ ਖੁਸ਼ ਸੀ ਆਈ ਥਿੰਕ ਵੀ ਮੇਡ ਸਮਥਿੰਗ ਸਪੈਸ਼ਲ ਤੇ ਜਿਹੜੀ ਇਹ ਜਿਵੇਂ ਜੀ ਮੂਵੀ ਹੈ ਇਹਦੇ ਵਿੱਚ ਹੋਰ ਵੀ ਸਟਾਰ ਕਾਸਟ ਹੈ ਗੁਰਪ੍ਰੀਤ ਕੁੱਗੀ ਜੀ ਨੇ ਹੋਰ ਆਰਟਿਸਟ ਨੇ ਉਹਨਾਂ ਦੇ ਕੁਝ ਸਾਨੂੰ ਰੋਲਸ ਬਾਰੇ ਦੱਸੋ ਕਿ ਕਿਸ ਤਰ੍ਹਾਂ ਦੇ ਕੈਰੈਕਟਰ ਹੋਰ ਨੇ ਇਸ ਮੂਵੀ 'ਚ ਕੋ ਗਿਵ ਅਸ ਜੀ ਦਾ ਰੋਲ ਤੁਸੀਂ ਦੇਖ ਚੁੱਕੇ ਹੋ ਮੁੰਡੇ ਯੂਕੇ ਦੇ ਵਿੱਚ ਵੀ ਜੋ ਹੈਗਾ ਕਰੈਕਟਰ ਯੂਕੇ ਤੋਂ ਆਇਆ ਹੋਇਆ ਉਹ ਹੈਗਾ ਉਸ ਤੋਂ ਬਾਅਦ ਬਿੰਨੂ ਦਾ ਬਹੁਤ ਇੰਟਰਸਟਿੰਗ ਹੈ ਕਿ ਫਿਰ ਇੱਕ ਬਹੁਤ ਡਿਫਰੈਂਟ ਇੰਟਰਸਟਿੰਗ ਐਨ ਆਰ ਆਈ ਐਂਗਲ ਨੂੰ ਲੈ ਕੇ ਇੱਕ ਬਹੁਤ ਵਧੀਆ ਜਿਹੜਾ ਹੈਗਾ ਕਿਰਦਾਰ ਇਹਨਾਂ ਨੇ ਬਣਾਇਆ ਉਸ ਤੋਂ ਇਲਾਵਾ ਨਮਨੀਤ ਨਿਸ਼ਾਨ ਜੀ ਹੈਗੇ ਨੇ ਗੁੱਗੂ ਗੇਲ ਜੀ ਹੈਗੇ ਨੇ ਇਹਨਾਂ ਦੋਵਾਂ ਦੇ ਕਿਰਦਾਰ ਬਹੁਤ ਵਧੀਆ ਨੇ ਓਮਪੁਰੀ ਸਾਹਿਬ ਹੈਗੇ ਨੇ ਦੋਨੋਂ ਦੇ ਵਿੱਚ ਰਾਨਾ ਰਣਬੀਰ ਸੋ ਆਈ ਥਿੰਕ ਸਾਰਿਆਂ ਦੇ ਸਾਰਿਆਂ ਦੇ ਰੋਲ ਬਹੁਤ ਵਧੀਆ ਨੇ ਜੇ ਤੁਸੀਂ ਫਿਲਮ ਦੇਖੋਗੇ ਤੁਸੀਂ ਬਹੁਤ ਜਿਓਗੇ ਕੋਈ ਕਿਸੇ ਬੰਦੇ ਨੇ ਕਿਸੇ ਐਕਟਰ ਨੇ ਜਿਹਨੇ ਸਿਰਫ ਇੱਕ ਸੀਨ ਵੀ ਫਿਲਮ ਦੇ ਵਿੱਚ ਕੀਤਾ ਹੈ ਨਾ ਉਹ ਲੋਕਾਂ ਨੂੰ ਯਾਦ ਰਹੂਗਾ ਠੀਕ ਹੈ ਤੇ ਇਹ ਜਿਹੜੀ ਮੂਵੀ ਹੈ ਇਸ ਦੇ ਪ੍ਰੋਮੋਸ਼ਨ ਲਈ ਕਿੱਥੇ-ਕਿੱਥੇ ਤੁਹਾਨੂੰ ਜਾਣਾ ਪਿਆ ਕਿਸ-ਕਿਸ ਜਗ੍ਹਾ ਤੇ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਅਸੀਂ ਖਾਸ ਪ੍ਰੋਗਰਾਮ ਕੀਤੇ ਬੰਬੇ ਸ਼ੁਰੂ ਕੀਤਾ ਫਿਰ ਦਿੱਲੀ ਅੰਮ੍ਰਿਤਸਰ ਅਜ ਜਲੰਧਰ ਲੁਧਿਆਣਾ ਪਟਿਆਲਾ ਚੰਡੀਗੜ੍ਹ ਤੇ ਫਿਰ ਅਸੀਂ ਹਮ ਯੂਕੇ ਜਾ ਰਹੇ ਆ ਪ੍ਰੀਮੀਅਰ ਲੀਗ ਤੇ ਉਸ ਵਕ ਯੂਕੇ ਚ ਕਬੱਡੀ वर्ल्ड ਕਬੱਡੀ ਲੀਗ ਹੋ ਰਿਹਾ ਉੱਥੇ ਪਰਫਾਰਮ ਕਰ ਰਹੇ ਆ ਕਿ ਪਹਿਲੀ ਵਾਰ ਇਹ ਦੋ ਪ੍ਰੀਮੀਅਰ ਹੋ ਰਹੇ ਨੇ ਇੱਕ ਪ੍ਰੀਮੀਅਰ ਜਿਹੜਾ ਹੈਗਾ ਉਹ ਬਰਮਿੰਗਮ ਚ ਹੈਗਾ ਜਿੱਥੇ ਮੈਂ ਕੋਗੀ ਪਾਜੀ ਤੇ ਆਪਣਾ ਨੀਰੂ ਜੀ ਅਸੀਂ ਹੋਮਾਂਗੇ ਤੇ ਦੂਜਾ ਪ੍ਰੀਮੀਅਰ ਟੋਰਾਂਟੋ ਚ ਹੋਊਗਾ ਜੀ ਜਿੱਥੇ ਕਿ ਬਿੰਨੂ ਜਿਹੜੇ ਹੈਗੇ ਨੇ ਉਹ ਰੈਡ ਕਾਰਪਟ ਵਾਕ ਕਰਨਗੇ ਉਹਨਾਂ ਨੂੰ ਸਾਰੀ ਮੀਡੀਆ ਉੱਥੇ ਦੀ ਕੈਨੇਡਾ ਦੀ ਓਕੇ ਉਹ ਹੋਊਗੀ ਤੇ ਮੈਨੂੰ ਲੱਗਦਾ ਕਿਸੇ ਮੂਵੀ ਲਈ ਫਸਟ ਟਾਈਮ ਹੋ ਰਿਹਾ ਏ ਦਾ ਪੰਜਾਬੀ ਪੰਜਾਬੀ ਯਸ਼ਰਾਜ ਫਿਲਮਸ ਜਿਹੜੀ ਰਹਿ ਗਈ ਹੈ ਔਰ ਯਸ਼ਰਾਜ ਫਿਲਮਸ ਰਿਲੀਜ਼ ਕਰ ਰਹੀ ਹੈ ਫਿਲਮ ਨੂੰ ਜ਼ੀ ਜ਼ੀ 뮤직 ਦਾ 뮤직 ਜਰੇਗਾ ਉਹ ਹੈਗਾ ਸੋ ਆਈ ਥਿੰਕ ਚਾਰੇ ਪਾਸਿਓ ਇੱਕ ਬਦਿਆ ਸਪੋਰਟ ਹੈਗੀ ਹੈ ਇੱਕ ਚੰਗੇ ਤਰੀਕੇ ਨਾਲ ਰਿਲੀਜ਼ ਕਰਨ ਦੀ ਆਈ ਥਿੰਕ ਪਾਕਿਸਤਾਨ ਚ ਇਹਨੇ ਵੱਡੇ ਤਰੀਕੇ ਨਾਲ ਆਈ ਡੋਨਟ ਥਿੰਕ ਕੋਈ ਵੀ ਪੰਜਾਬੀ ਫਿਲਮ ਜਿਹੜੀ ਹੈਗੀ ਹੈ ਰਿਲੀਜ਼ ਹੋਈ ਹੈ ਇਸ ਤੋਂ ਪਹਿਲਾਂ ਸਭ ਤੋਂ ਵੱਡੀ ਮੇਲ ਕਰਾ ਦੇ ਰੱਬਾ ਸੀਗੀ ਜਿਹੜੀ ਮੈਨੂੰ ਲੱਗਦਾ ਕਿ 10 10 8 ਜਾਂ 10 ਜਾਂ 12 ਪੁਇੰਟ ਮੈਕਸਿਮਮ ਨਾਲ ਹੋਈ ਸੀਗੀ ਹੂੰ ਉਹ ਟਿਪਸ ਦੀ ਫਿਲਮ ਸੀ ਜੀ ਸੋ ਹੁਣ ਯਸ਼ਰਾਜ ਇਹਨੂੰ 22 ਪ੍ਰਿੰਟਸ ਦੇ ਨਾਲ ਰਿਲੀਜ਼ ਕਰ ਰਹੀ ਹੈ ਵੱਡੇ ਲੈਵਲ ਤੇ ਪਾਕਿਸਤਾਨ ਦੇ ਵਿੱਚ ਜੋ ਕਿ ਸਾਡੇ ਲਈ ਬਹੁਤ ਵੱਡੀ ਗੱਲ ਹੈ ਤੇ ਜਿਹੜਿਆ ਇਹ ਪੰਜਾਬੀ ਫਿਲਮਾਂ ਦੇ ਵਿੱਚ ਇਹ ਦੌਰ ਹੈ achhiyan filma bananda ਔਰ ਨਵੇਂ ਆਰਟਿਸਟ ਆ ਰਹੇ ਨੇ ਜਾਂ ਫਿਰ ਜਿਹੜੇ ਤੁਹਾਡੇ ਵਰਗੇ ਐਕਸਪੀਰੀਅੰਸ ਆਰਟਿਸਟ ਨੇ ਉਹਨਾਂ ਨੂੰ ਬੜੇ ਅੱਛੇ ਰੋਲ ਕਰਨ ਨੂੰ ਮਿਲ ਰਹੇ ਨੇ ਤਾਂ ਤੁਸੀਂ ਕਿਦਾਂ ਲੈਂਦੇ ਹੋ ਪੰਜਾਬੀ ਫਿਲਮ ਇੰਡਸਟਰੀ ਦੇ ਫਿਊਚਰ ਨੂੰ ਫਿਊਚਰ ਵਧੀਆ ਹੈ I ਆਈ ਥਿੰਕ ਜਦੋਂ ਇੱਕ ਪਾਸੇ ਤੁਸੀਂ ਆਪਣਾ ਹਲਕੀਆਂ ਫੁਲਕੀਆਂ ਫਿਲਮਾਂ ਬਣਾ ਲੈਨੇ ਹੋ ਕਾਮੇਡੀ ਇਹ ਉਹ ਸਾਰਾ ਕੁਝ ਦੂਜੇ ਪਾਸੇ ਸੀਰੀਅਸ ਫਿਲਮਾਂ ਵੀ ਬਣਦੀਆਂ ਨੇ ਉਹ ਵੀ ਲੋਕਾਂ ਨੂੰ ਪਸੰਦ ਆਉਂਦੀਆਂ ਨੇ ਤੇ ਮੈਨੂੰ ਲੱਗਦਾ ਕਿ ਲਵ ਸਟੋਰੀਜ਼ ਰੋਮਾਂਟਿਕ ਫਿਲਮਾਂ ਆ ਵੀ ਬਣਨੀਆਂ ਚਾਹੀਦੀਆਂ ਨੇ ਜਾ ਦੇ ਕੁਰੀ ਇਹੋ ਜਿਹਾ ਹੋ ਗਿਆ ਕਿ ਹਰ ਸਟਾਈਲ ਦੀ ਫਿਲਮ ਜਿਹੜੀ ਹੈਗੀ ਹੈ ਉਹ ਪੰਜਾਬੀ ਚ ਬਣਨ ਲੱਗ ਪਈ ਉਹ ਤੁਸੀਂ ਕਹਿ ਸਕਦੇ ਹੋ ਕਿ ਹਾਂਜੀ ਹੁਣ ਠੀਕ ਹੈਗਾ ਤੇ ਨਿਰੂਜੀ ਬੀਇੰਗ ਐਨ ਐਕਟ੍ਰੈਸ ਤੁਹਾਨੂੰ ਕੀ ਲੱਗਦਾ ਕਿ ਪੰਜਾਬੀ ਫਿਲਮ ਸਿਨੇਮਾ ਦੇ ਵਿੱਚ ਜਿਹੜੀਆਂ ਐਕਟ੍ਰੈਸਿਸ ਨੇ ਉਹਨਾਂ ਦੇ ਸਟਰੋਂਗ ਕਰੈਕਟਰ ਜਿਹੜੇ ਨੇ ਉਹਨਾਂ ਨੂੰ ਮਿਲ ਪਾ ਰਹੇ ਨੇ ਜਿਹੜੀਆਂ ਸਚਕਤ ਅਭਿਨੇ ਕਰਨ ਵਾਲੀਆਂ ਤੁਹਾਡੇ ਵਰਗੀਆਂ ਅਦਾਕਾਰਾਂ ਨੇ ਅਮ ਯਾ ਤੁਹਾਨੂੰ ਲੱਗਦਾ ਕਿ ਕੁਝ ਇਦਾਂ ਦੇ ਕੁਈ ਜਿਹੜੇ ਮਾਈਂਡ ਚ ਹੋਵੇ ਕਿ ਇਦਾਂ ਦੇ ਕੈਰੈਕਟਰਸ ਲਿਖੇ ਜਾਣੇ ਚਾਹੀਦੇ ਨੇ ਮੈਂ ਆਈ ਆਈ ਥਿੰਕ ਮੈਂ ਲਖੀਆਂ ਕਿ ਮੈਂ ਜਿੰਨੀ ਵੀ ਫਿਲਮਾਂ ਕਰਦੀ ਆ ਉਹਦੇ ਵਿੱਚ ਸਟਰੋਂਗ ਫੀਮੇਲ ਕੈਰੈਕਟਰਸ ਹੁੰਦੇ ਨੇ ਉਮ ਇਹ ਤਾਂ ਡਬਲ ਰੋਲ ਵੀ ਕਰ ਰਹੇ ਨੇ ਜੀ ਹਮਮ ਮੈਨੂੰ ਵੀ ਅੱਜ ਹੀ ਪਤਾ ਲੱਗਿਆ ਡਬਲ ਰੋਲ ਡਬਲ ਰੋਲ ਦੋਨਾਂ ਚ ਆਪੋਜੀਟ ਹੋਣਗੇ ਕੰਟਰਾਸਟ ਹੋਏਗਾ ਦੋਨਾਂ ਰੂਲਸ ਦੇ ਵਿੱਚ ਉਹ ਤਾਂ ਤੁਹਾਨੂੰ ਬਾਅਦ ਚ ਪਤਾ ਜਾਈ ਮੈਂ ਫਿਰ ਆਉਂਗੀ ਉਹਦੇ ਵਿੱਚ ਮਤਲਬ ਦੋ ਦੋ ਨੀਰੂ ਬੈਠਾਂਗੇ ਉਹਦੇ ਓਕੇ ਠੀਕ ਹੈ ਆਈਡੀਆ ਵੀ ਮਿਲ ਗਿਆ ਨੈਕਸਟ ਇੰਟਰਵਿਊ ਲਈ ਓਕੇ

ਸੋ ਯਾ ਐਬਡੀ ਅੱਛੀ ਗੱਲ ਹੈ ਕਿ ਜਿਹੜੀਆਂ ਲੜਕੀਆਂ ਪੰਜਾਬੀ ਫਿਲਮਾਂ ਵਿੱਚ ਜਾਣਾ ਚਾਹੁੰਦੀਆਂ ਨੇ ਜਾਂ ਜਿਹੜੀਆਂ ਆਰਟਿਸਟ ਆਲਰੇਡੀ ਹੈਗੀਆਂ ਨੇ ਉਹਨਾਂ ਲਈ ਇੱਕ ਅ ਅੱਛਾ ਪਲੇਟਫਾਰਮ ਹੈ ਤੇ ਅੱچھے ਰੂਲਸ ਜਿਹੜੇ ਉਹ ਵੀ ਲਿਖੇ ਜਾਣੇ ਚਾਹੀਦੇ ਬਿਲਕੁਲ ਸੋਹਣੀਆਂ ਪੰਜਾਬਣਾਂ ਜਿਹੜੀਆਂ ਇੰਨੇ ਟੈਲੈਂਟਡ ਨੇ ਇੰਨੇ ਇੰਨੇ ਟੈਲੈਂਟਡ ਕੁੜੀਆਂ ਪਈਆਂ ਆਪਣੀਆਂ ਬਟ ਆਈ ਲਾਈਕ ਟੂ ਸੀ ਮੋਰ ਆਫ them ਤੇ ਜਿਵੇਂ ਜੀ ਜਿਹੜੀ ਫਿਲਮ ਹੈ ਸਾਰੀ ਰੋਮਾਂਟਿਕ ਹੈ ਕਿਤੇ ਕੋਈ ਐਕਸ਼ਨ ਰੋਮਾਂਟਿਕ ਹੈਗੀ ਹੈ ਜੀ ਇਹ ਵਾਲੀ ਫਿਲਮ ਜਿਹੜੀ ਹੈਗੀ ਆਗੇ ਮੁੰਡੇ ਯੂਕੇ ਦੇ ਇਹਦੇ ਵਿੱਚ ਰੋਮਾਂਸ ਕਾਫੀ ਸਟਰੋਂਗ ਹੈ ਜੀ ਇਸ ਫਿਲਮ ਦੇ ਵਿੱਚ ਮੰਜੀ ਨੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ 'ਚ ਸੀਗਾ ਕਿ ਇਹ ਕੀ ਰੋਮਾਂਸ ਦਾ ਜਿਹੜਾ ਐਂਗਲ ਹੈ ਲਵ ਸਟੋਰੀ ਜਿਹੜੀ ਹੈਗੀ ਇੱਕ ਸਟਰੋਂਗ ਲਵ ਸਟੋਰੀ ਰੱਖਣੀ ਹੈ ਜਿਹੜੀ ਕਿ ਤੁਹਾਨੂੰ ਐਂਟਰਟੇਨ ਵੀ ਕਰਦੀ ਹੈ ਪਰ ਐਟ ਦ ਸੇਮ ਟਾਈਮ ਕਿਤੇ ਨਾ ਕਿਤੇ ਤੁਹਾਨੂੰ इमोशनल ਵੀ ਕਰੂਗੀ ਹਮ ਹਮ ਤੇ ਤੁਸੀਂ ਇੰਜੋਏ ਡੈਫੀਨਿਟਲੀ ਇੰਜੋਏ ਕਰੋਗੇ ਜੀ ਬਹੁਤ ਵਧੀਆ ਲਵ ਸਟੋਰੀ ਜਿਹੜੀਆਂ ਪੰਜਾਬੀ ਮੂਵੀਜ਼ ਅੱਜ ਕੱਲ ਰਿਲੀਜ਼ ਹੋ ਰਹੀਆਂ ਨੇ ਮਤਲਬ ਜੇ ਮੈਂ ਆਪਣੀ ਜ਼ੁਬਾਨ ਦੇ ਵਿੱਚ ਕਹਾਂ ਤੇ ਦੋ ਤਰ੍ਹਾਂ ਦੀਆਂ ਮਾਰਕੀਟਸ ਨੇ ਇੱਕ ਇੰਡੀਅਨ ਮਾਰਕੀਟ ਹੈ ਇੱਕ ਐਬ੍ਰਾਡ ਦੀ ਮਾਰਕੀਟ ਹੈ ਤੁਹਾਨੂੰ ਕੀ ਲੱਗਦਾ ਕਿ ਪੰਜਾਬੀ ਮੂਵੀਜ਼ ਜਿਹੜੀਆਂ ਬਣਦੀਆਂ ਨੇ ਉਹਨਾਂ ਨੂੰ ਬਣਾਉਣ ਲੱਗੇ ਦੋਹਾਂ 'ਚ ਕਿਤੇ ਨਾ ਕਿਤੇ ਸੋਚ ਵਿੱਚ ਜਾਂ ਕੁਝ ਐਕਸਪੈਕਟੇਸ਼ਨ ਜਿਹੜੀ ਮੂਵੀਜ਼ ਤੋਂ ਹੁੰਦੀ ਹੈ ਉਹ 'ਚ ਥੋੜਾ ਜਿਹਾ ਫਰਕ ਹੈ ਭਾਵੇਂ ਪੰਜਾਬੀ ਇੱਧਰ ਵੀ ਨੇ ਜਾਂ ਐਬ੍ਰਾਡ ਬੈਠੇ ਨੇ ਕਿ ਪੰਜਾਬੀ ਮੂਵੀ ਜਦੋਂ ਕੋਈ ਬਣਦੀ ਹੈ ਇਸ ਚੀਜ਼ ਨੂੰ ਧਿਆਨ 'ਚ ਰੱਖਿਆ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਮੇਰੇ ਹਿਸਾਬ ਨਾਲ ਹਰ ਫਿਲਮ ਬਣਾਉਣ ਤੋਂ ਪਹਿਲਾਂ ਤੁਹਾਨੂੰ ਇਹ ਸੋਚਣਾ ਤਾਂ ਪੈਂਦਾ ਹੈ ਕਿ ਤੁਸੀਂ ਫਿਲਮ ਇੱਥੇ ਲਈ ਬਣਾ ਰਹੇ ਹੋ ਪਰ ਐਟ ਦ ਸੇਮ ਟਾਈਮ ਉਹ ਫਿਲਮ ਜਿਹੜੀ ਹੈਗੀ ਓਵਰ ਸੀਜ਼ ਦੇ ਵਿੱਚ ਵੀ ਨਾਰਥ ਅਮਰੀਕਾ ਯੂਕੇ ਆਸਟ੍ਰੇਲੀਆ ਇਹਨਾਂ ਸਾਰੇ ਸਾਰੇ ਪਾਸੇ ਵੀ ਰਿਲੀਜ਼ ਹੋਣ ਵਾਲੀ ਹੈ ਤੁਹਾਡੀ ਫਿਲਮ ਦੂਜੀ ਗੱਲ ਇਹ ਹੈ ਕਿ ਪੰਜਾਬ ਦੀ ਜਿਸ ਟਾਈਪ ਦੀ ਆਡੀਅנס ਹੈ ਉਹ ਮੈਚ ਕਰਦੀ ਹੈ ਜੀ ਆਸਟ੍ਰੇਲੀਆ ਦੇ ਜਿਹੜੇ ਨਿਊਲੀ ਇੱਥੋਂ ਗਏ ਹੋਏ ਹੁਣ ਸਟੂਡੈਂਟਸ ਤੇ ਸਾਰੇ ਹੈਗੇ ਨੇ ਉਹ ਉਨਾ ਉਹਨਾਂ ਦਾ ਜਿਹੜਾ ਜੇ ਐਸ ਸਾਹਮਣੋਂ ਲੋ ਪੰਜਾਬੀ ਫਿਲਮਾਂ ਨੂੰ ਵੇਖਦੇ ਨੇ ਜਾਂ ਫਿਲਮਾਂ ਨੂੰ ਵੇਖਦੇ ਨੇ ਦਸ ਵੈਰੀ ਸਿਮਿਲਰ ਟੂ ਜਿਹੜੇ ਪੰਜਾਬ ਵਾਲੇ ਐਨ ਇੰਡੀਅਨ ਵਾਲੇ ਫਿਰ ਦੈਨ देयर ਇਜ਼ ਦ ਦ ਦ ਐਨ ਆਰ ਆਈਜ਼ ਐਂਡ ਦ ਪੀਪਲ ਹੂ ਆਰ ਆਲਰੇਡੀ ਸਟੇਇੰਗ ਅਬ੍ਰੋਡ ਫॉर ਈਅਰਸ ਜੀ ਠੀਕ ਹੈ ਨਾ ਜਿਹੜੀ ਸਾਡੇ ਪੱਕੇ ਸੇ ਕੁਝ ਸਾਲ ਪਹਿਲਾਂ ਪੁਰਾਣੀ ਪੀੜ੍ਹੀ ਜਿਹੜੀ ਹਾਂਜੀ ਜਿਹੜੇ ਮੇਬੀ 30 ਈਅਰਸ 40 ਈਅਰਸ ਬੈਕ ਜਿਹੜੇ ਗਏ ਹੋਏ ਨੇ ਉੱਥੇ ਜਿਹੜੇ ਸੈਟਲ ਹੋਏ ਨੇ ਉਹਨਾਂ ਦੇ ਬੱਚੇ ਅੱਗੇ ਨਿਆਣੇ ਹੋ ਗਏ ਨੇ ਸੋ ਉਹਨਾਂ ਦੇ ਉਹਨਾਂ ਨੂੰ ਇੱਕ ਡਿਫਰੈਂਟ ਸਟਾਈਲ ਦੀਆਂ ਫਿਲਮਾਂ ਪਸੰਦ ਆਉਂਦੀਆਂ ਨੇ ਸੋ ਯੂ ਹੈਵ ਟੂ ਥਿੰਕ ਆਫ ਥੈਮ ਆਲਸੋ ਉਹਨਾਂ ਨੂੰ ਫਿਲਮਾਂ ਜਮਈ ਸਾਫ ਸੁਤਰੀਆਂ ਫੈਮਿਲੀ ਐਂਟਰਟੇਨਰਸ ਇਹੋ ਜਿਹੀਆਂ ਫਿਲਮਾਂ ਕਿਉਂਕਿ ਉੱਥੇ ਹੁੰਦਾ ਕੀ ਹੈ ਜੀ ਇੱਥੇ ਤਾਂ ਫੇਰ ਵੀ ਸਾਡੇ ਘਰੇ ਹੋਰ ਲੋਕੀ ਹੁੰਦੇ ਨੇ ਘਰੇ ਤੁਸੀਂ ਨਿਆਣਿਆਂ ਨੂੰ ਬੱਚਿਆਂ ਨੂੰ ਛੱਡ ਕੇ ਜਾ ਸਕਦੇ ਹੋ ਜਾ ਕੇ ਫਿਲਮ ਵੇਖ ਸਕਦੇ ਹੋ ਉੱਥੇ ਆ ਨਹੀਂ ਹੈਗਾ ਜੀ ਉੱਥੇ ਜੇ ਵੀਕਐਂਡ ਤੇ ਉਹਨਾਂ ਨੇ ਬਾਹਰ ਜਾਣਾ ਸੋ ਸਾਰੇ ਨਿਆਣਿਆਂ ਨੂੰ ਬੱਚਿਆਂ ਨੂੰ ਉਹਨਾਂ ਨੇ ਲੈ ਕੇ ਜਾਣਾ ਪੈਣਾ ਸੋ ਦੇ ਹੈਵ ਟੂ ਯੂ ਹੈਵ ਟੂ ਗਿਵ them a film ਇਹੋ ਜੀ ਫਿਲਮ ਤੁਹਾਨੂੰ ਉਹਨਾਂ ਨੂੰ ਦੇਣੀ ਪੈਣੀ ਹੈ ਜਿਹਦੇ ਵਿੱਚ ਕੋ ਸਾਫ਼ ਸੁਥਰਾ ਕੰਮ ਹੋਏ ਜਿਹਦੇ ਵਿੱਚ ਧਿਆਨੇ ਬੱਚੇ ਵੀ ਬੈ ਕੇ ਇੰਜੋਏ ਕਰ ਸਕਣ ਫੈਮਿਲੀ ਫਿਲਮ ਹੋਵੇ ਫੈਮਿਲੀ ਫਿਲਮ ਹੋਵੇ ਫੈਮਿਲੀ ਫਿਲਮ ਯਾ ਸੋ ਆਈ ਥਿੰਕ ਉਹ ਬੜਾ ਜ਼ਰੂਰੀ ਹੁੰਦਾ ਹੈ ਉੱਥੇ ਠੀਕ ਹੈ ਤੇ ਜਿਹੜੀ ਇੱਕ ਫਿਲਮ ਦਾ ਜਿਹੜਾ 뮤జిక్ ਹੈ ਜਿਹੜਾ ਸੰਗੀਤ ਹੈ ਉਹ ਕਿੰਨਾ ਕੇ ਇੰਪੋਰਟੈਂਟ ਹੁੰਦਾ ਹੈ ਉਸਦੀ ਕਾਮਯਾਬੀ ਲਈ ਬਹੁਤ ਇੰਪੋਰਟੰਟ ਹੁੰਦਾ ਹੈ। ਆਈ ਥਿੰਕ 뮤직 ਬਹੁਤ 뮤직 ਜੇ ਬਹੁਤ ਵਧੀਆ ਹੋਏ ਤੁਹਾਡੀ ਫਿਲਮ ਦਾ ਤੇ ਦੋ ਕੁ ਮਹੀਨੇ ਪਹਿਲਾਂ ਤੁਸੀਂ ਆਪਣਾ ਪਹਿਲਾ ਗਾਣਾ ਛੱਡ ਦਿਓ ਲੋਕਾਂ ਨੂੰ ਪਸੰਦ ਆਉਂਦਾ ਹੈ। ਥੋੜਾ ਟਾਈਮ ਲੱਗਦਾ ਹੈ ਉਹਨੂੰ ਬਿਲਡ ਅਪ ਕਰਨ ਲਈ ਫਿਰ ਉਸ ਤੋਂ ਬਾਅਦ ਦੂਜਾ ਗਾਣਾ ਹੁੰਦਾ ਹੈ ਫਿਰ ਤੀਜਾ ਹੁੰਦਾ ਹੈ। ਹੌਲੀ-ਹੌਲੀ ਕਰਕੇ ਜਦੋਂ ਤੁਹਾਡੇ ਗਾਣੇ ਲੋਕਾਂ ਨੂੰ ਪਸੰਦ ਆਉਣੇ ਸਟਾਰਟ ਹੋ ਜਾਂਦੇ ਨੇ ਉਹ ਫਿਲਮ ਨੂੰ ਬਹੁਤ ਵੱਡੇ ਤਰੀਕੇ ਨਾਲ ਇਫੈਕਟ ਕਰਦਾ ਹੈ ਕਿਉਂਕਿ ਜੇ ਤੁਹਾਡੇ ਤਿੰਨ ਗਾਣੇ ਚਾਰ ਗਾਣੇ ਬਹੁਤ ਵੱਡੇ ਹਿੱਟ ਹੋ ਗਏ ਨੇ ਲੋਕਾਂ ਨੇ ਉਹਨਾਂ ਦੇ ਵਿਜ਼ੂਅਲਸ ਦੇਖੇ ਨੇ ਲੋਕਾਂ ਨੂੰ ਐ ਲਾਦੇ ਯਾਰ ਆਪ ਫਿਲਮ ਜ਼ਰੂਰ ਦੇਖਣੀ ਗਾਣੇ ਤਾਂ ਸਾਰੇ ਬਹੁਤ ਵਧੀਆ ਲੱਗ ਰਹੇ ਨੇ ਜੋ ਅਸੀਂ ਵੇਖ ਰਹੇ ਹਾਂ ਗਾਣਿਆਂ 'ਚ ਉਹ ਵੀ ਸਾਨੂੰ ਵਧੀਆ ਲੱਗ ਰਿਹਾ ਅਸੀਂ ਜ਼ਰੂਰ ਵੇਖਾਂਗੇ ਫਿਰ ਸਪੈਸ਼ਲੀ ਫਿਰ ਲੋਕ ਕੀ ਜਿਹੜੇ ਹੈਗੇ ਨੇ ਜਾਨਦੇ ਨੇ ਸਭ ਤੋਂ ਵੱਡਾ ਐਗਜ਼ਾਮਪਲ ਸੀਗਾ ਮੇਲ ਕਰਾਤੇ ਰੱਬਾ 2 2.5 ਮਹੀਨੇ ਪਹਿਲਾਂ ਉਹਨਾਂ ਨੇ ਵਰਲਡ ਵਾਈਡ ਜਿਹੜੀ ਹੈਗੀ ਆ ਉਹ ਪ੍ਰੋਮੋਸ਼ਨ ਗਾਣਿਆਂ ਦੀ ਸਟਾਰਟ ਕਰਤੀ ਸੀ ਸੋ ਜਿਸ ਟਾਈਮ ਤੱਕ ਤੁਹਾਡੀ ਫਿਲਮ ਰਿਲੀਜ਼ ਹੋਣ ਵਾਲੀ ਸੀ ਸਾਰੇ ਗਾਣੇ ਉਹਦੇ ਹਿੱਟ ਹੋ ਚੁੱਕੇ ਸੀ ਇਸ ਕਰਕੇ ਬਹੁਤ ਵੱਡੇ ਲੈਵਲ ਤੇ ਲੋਕਾਂ ਨੇ ਉਸ ਫਿਲਮ ਨੂੰ ਜਾ नीर जी मूवी किस दिन देखने मिल रही है सामा फ्राइडे, इस फ्राइडे ऑगस्ट एगस्त अठ न चाहोगे दर्शकों आ कहना चाहिए कि प्लीज जरूर जाके देखो फैमिलीज फ्रेंड्सेंड्सा फिल्म इस फिल्म चार कुछ ना कुछ है जीडा संदेश ਬਸ ਇਹ ਫਿਲਮ 8 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਅਸੀਂ ਆਪਣੇ ਵੱਲੋਂ ਇੱਕ ਬਹੁਤ ਵਧੀਆ ਫਿਲਮ ਬਣਾਈ ਹੈ ਹੁਣ ਤੁਸੀਂ ਜਾ ਕੇ ਵਧੀਆ ਰਿਸਪਾਂਸ ਦਿਓ ਤੇ ਫਿਲਮ ਨੂੰ ਜਾ ਕੇ ਬਾਰੀ-ਬਾਰੀ ਦੇਖੋ ਥੈਂਕ ਯੂ ਜੀ ਇਕੱਚੀ ਟੀਮ ਦੀ ਇੱਕ ਹੋਰ ਵਧੀਆ ਸਟੋਰੀ ਲਾਈਨ ਦੇ ਉੱਪਰ ਬਣੀ ਹੋਈ ਵਧੀਆ ਫਿਲਮ ਆ ਰਹੀ ਹੈ ਔਰ ਜਿਸ ਤਰ੍ਹਾਂ ਤੁਹਾਨੂੰ ਉਸ ਦਾ ਇੰਤਜ਼ਾਰ ਹੈ ਔਰ ਇਸ ਫਿਲਮ ਦੇ ਸਿਤਾਰੇ ਨੂੰ ਵੀ ਇੰਤਜ਼ਾਰ ਹੈ ਕਿ ਤੁਸੀਂ ਇਸ ਫਿਲਮ ਨੂੰ ਕਿਹੋ ਜਿਹਾ ਰਿਸਪਾਂਸ ਦਿੰਦੇ ਹੋ ਫਿਲਮ ਅੱਛੀ ਹੋਏ ਇਸ ਨੂਜ਼ਾ ਕੇ ਜ਼ਰੂਰ ਦੇਖੋ ਹੰਗਾਰਾ ਦੋ ਸਟੂਡੀਓ ਚਾਨ ਲਈ ਜਿੰਮੀ ਜੀ ਤੁਹਾਡਾ ਤੇ ਨਿਰੂਜ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਿਲਕੁਲ ਜੀ ਦਾ ਸਤਿਕਾਰ ਸੈਕਿਊਰ ਥੈਂਕ ਯੂ